ਮੰਗਦਾ ਇਹ ਸਰਪੰਚ ਜੀ ਦਵਾਣਾ ਜਾਣੇ ਸਜਾ ਗਰੂਪ ਹੋਵੇ ਜਿਹੜੇ ਵੀ ਜੋ ਹੋਈ ਆਈ ਭਵਾਨੀ ਗੜ੍ਹ ਦੇ ਨਜ਼ਦੀਕੀ ਪਿੰਡ ਸਕਰੌਦੀ ਦੇ ਵਿੱਚ ਗੰਦੇ ਨਾਲੇ ਦੇ ਵਿੱਚ ਮਿਲੀ ਵਿਅਕਤੀ ਦੀ ਲਾਸ਼। ਇਲਾਕੇ ਦੇ ਵਿੱਚ ਸਨਸਨੀ ਦਾ ਮਾਹੌਲ। 18 ਮਈ ਤੋਂ ਲਾਪਤਾ ਸੀ ਮ੍ਰਿਤਕ ਗੁਰਜੰਟ ਸਿੰਘ। 20 ਮਈ ਨੂੰ ਪਰਿਵਾਰ ਦੇ ਵੱਲੋਂ ਭਵਾਨੀਗੜ੍ਹ ਪੁਲਿਸ ਸਟੇਸ਼ਨ ਵਿੱਚ ਦਿੱਤੀ ਗਈ ਸੀ ਗੁੰਮ ਹੋਣ ਦੀ ਰਿਪੋਰਟ। ਪਰਿਵਾਰ ਵਾਲਿਆਂ ਨੇ ਪਿੰਡ ਦੇ ਹੀ ਇੱਕ ਵਿਅਕਤੀ ਉੱਪਰ ਕਤਲ ਦੇ ਆਰੋਪ ਲਗਾਏ। ਘਰ ਤੋਂ ਸ਼ਰਾਬ ਪਿਲਾਉਣ ਦੇ ਲਈ ਲੈ ਕੇ ਗਿਆ ਸੀ ਉਹ ਵਿਅਕਤੀ। ਪਰਿਵਾਰ ਵਾਲੇ ਕਰ ਰਹੇ ਨੇ ਇਨਸਾਫ ਦੀ ਮੰਗ। ਭਵਾਨੀਗੜ੍ਹ ਤੋਂ ਆਜ਼ਾਦ ਟੀਵੀ ਨਿਊਜ਼ ਦੇ ਲਈ ਚਰਨਜੀਵ ਕੌਸ਼ਲ ਦੀ ਰਿਪੋਰਟ। ਨਾਲੇ ਨੂੜੇ ਦਾ ਸੀ ਸਭ ਲੱਭਿਆ ਜੀ ਸਾਨੂੰ ਕਿਤੋਂ ਨੀ ਲੱਭਿਆ ਸੀ। ਪੁਲਿਸ ਨੂੰ ਕੰਪਲੇਂਟ ਕਰੀ ਸੀ ਤੁਸੀਂ? ਹਾਂਜੀ। ਪੁਲਿਸ ਐਫਆਈਆਰ ਕਰੀ ਹੋਈ ਸੀ? ਹਾਂਜੀ। ਉਹ ਫੇਰ ਇਹ ਗਾਲਾਂ ਕੱਟੀਆਂ ਨੀ ਜੀ ਉਹਨੇ। ਦਾਰੂ ਪੀ ਕੇ ਲੈਣਾ, ਜਵਾਬ ਵੀ ਦਿੱਤਾ ਵੀ ਜਾਂਦਾ ਨੀ ਲਾਣੇਦਾਰ ਨੇ, ਕਹਿੰਦਾ ਵੀ ਆ ਜਾ ਮੈਂ ਲੈ ਕੇ ਚੱਲਦਾ ਤੈਨੂੰ ਮੈਂ ਪਿਆਉਂਗਾ। ਉਦੋਂ ਬਾਅਦ ਲਾਣੇਦਾਰ ਘਰੇ ਨੀ ਆਇਆ ਬਈ। ਕੀ ਨਾਮ ਸੀ ਮੁੰਡੇ ਦਾ ਜਿਹੜਾ ਲੈ ਕੇ ਗਿਆ? ਰੂਬਨ। ਤੁਹਾਡੇ ਪਿੰਡ ਦੀ ਆ? ਪਿੰਡ ਦੀ ਆ ਜੀ। ਅੱਛਾ, ਤੁਸੀਂ ਪੁਲਿਸ ਕੰਪਲੇਂਟ ਕੀਤੀ ਸੀ? ਪੁਲਿਸ ਕੰਪਲੇਂਟ ਅਸੀਂ ਕੱਲ੍ਹ ਕਰਿਆ ਸੀ। ਉਦੋਂ ਬਾਅਦ ਹੱਥ ਨੇ ਆ ਗਿਆ ਸੀ, ਜਦੋਂ ਘਰ ਨੂੰ ਆਇਆ ਉਹਦੇ ਮੁੰਡੇ ਦੇ ਬਾਪ ਨੇ ਸਾਨੂੰ ਗਾਲਾਂ ਕੱਢੀਆਂ ਨੇ ਵੀ ਤੁਸੀਂ ਕਰਿਆ ਜਿਹੜਾ ਕੁਛ ਕਰਕੇ ਉਹਨਾਂ ਦੀ ਕਰ ਲਿਓ। ਕਹਿੰਦਾ ਜਿਹੜਾ ਕੁਛ ਕਰਨਾ ਖਬਰਾ, ਕਹਿੰਦਾ ਸੋਨੀ ਮਾਰਤਾ ਹੋਵੇ। ਡੈੱਡ ਬੋਡੀ ਤੁਹਾਨੂੰ ਕਦੋਂ ਮਿਲੀ? ਡੈੱਡ ਬੋਡੀ ਸਾਨੂੰ ਅੱਜ ਸਵੇਰੇ ਮਿਲੀ ਹੈ ਜੀ। ਤੁਹਾਨੂੰ ਕੀ ਲੱਗਿਆ ਡੈੱਡ ਬੋਡੀ ਦੇਖ ਕੇ, ਕਿੱਥੋਂ ਮਿਲੀ ਹੈ? ਡੈੱਡ ਬੋਡੀ ਸਾਨੂੰ ਸਾਡੇ ਪਿੰਡ ਦੇ ਬੱਸ ਸਟੈਂਡ 'ਤੇ ਮਿਲੀ ਹੈ ਜੀ, ਨਾਲੇ ਦੇ ਵਿੱਚੋਂ। ਕੀ ਲੱਗਿਆ ਡੈੱਡ ਬੋਡੀ ਦੇ ਹਾਲਾਤ ਦੇਖ ਕੇ? ਕੀ ਲੱਗਿਆ? ਹਾਲਾਤ ਦੇਖ ਕੇ ਤਾਂ ਮਾਰੀ ਹੋਇਆ ਜੀ। ਸਵੇਰੇ ਸਰਪੰਚ ਦਾ ਫੋਨ ਗਿਆ ਸੀ ਥਾਣੇ ਚ ਵੀ ਸਕਰੌਦੀ ਪਿੰਡ ਸਕੂਲ ਦੇ ਕੋਲੇ ਨਾਲੇ ਚ ਇੱਕ ਲਾਸ਼ ਪਈ ਆ। ਉਹਦੇ ਉੱਤੇ ਅਸੀਂ ਆਏ, ਇੱਥੇ ਲਾਸ਼ ਕਢਾਈ ਤੇ ਇਹ ਦੇਖਿਆ, ਦੇਖਣ ਨੂੰ ਤਾਂ ਇਹ ਲੱਗਦਾ ਵੀ ਜਿਵੇਂ ਪਾਣੀ ਚ ਡੁੱਬ ਕੇ ਮਰਿਆ ਹੋਇਆ। ਤੇ ਬਾਕੀ ਜਿਹੜੀ ਅੱਗੇ ਪੋਸਟਮਾਰਟਮ ਬਾਅਦ ਜੋ ਡਾਕਟਰ ਸਾਹਿਬ ਦੱਸਣਗੇ ਉਹਦੇ ਮੁਤਾਬਕ ਅੱਗੇ ਕਾਰਵਾਈ ਕੀਤੀ ਜਾਊਗੀ। ਤੇ ਇਹਦੀ ਕਾਰਵਾਈ ਅੱਗੇ ਵਿਕਰ ਸਿੰਘ ਥਾਣੇਦਾਰ ਕਰਨਗੇ, ਜਿਹੜੇ ਕਿ ਭਵਾਨੀਗੜ੍ਹ ਪਹੁੰਚ ਚੁੱਕੇ ਨੇ ਪਹਿਲਾਂ, ਨਾ ਉੱਥੇ ਸੰਗਰੂਰ ਪਹੁੰਚ ਚੁੱਕੇ। ਸਰ, ਪਰਿਵਾਰ ਵੱਲੋਂ ਵੀ ਦੋਸ਼ ਲਗਾਏ ਜਾ ਰਹੇ ਨੇ ਵੀ ਸਾਨੂੰ ਕੋਈ ਬੰਦਾ ਲੈ ਕੇ ਗਿਆ ਜਾਂ ਕੁਛ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ, ਕਿਉਂਕਿ ਇਹ 18 ਤਰੀਕ ਦਾ ਘਰੋਂ ਗਾਇਬ ਗਿਆ ਹੋਇਆ। ਅਤੇ ਇਹਦੇ ਸੰਬੰਧ 'ਚ ਦਰਖਾਸਤ ਪਹਿਲਾਂ ਹੀ ਥਾਣੇ 'ਚ ਦਿੱਤੀ ਹੋਈ ਹੈ, ਇਹਨੇ ਕੱਲ੍ਹ ਦੇਖਿਆ ਇਹਨੇ ਵੀ ਸਾਡਾ ਬੰਦਾ ਮਿਸਪਲੇਸ ਆ। ਠੀਕ ਹੈ ਜੀ। ਹਾਂ, ਜੋ ਵੀ ਕਾਰਵਾਈ ਹੋਊਗੀ, ਜੋ ਵੀ ਡਾਕਟਰ ਸਾਹਿਬ ਦੀ ਰਿਪੋਰਟ ਦੇ ਮੁਤਾਬਕ ਜੋ ਵੀ ਕਾਰਵਾਈ ਬਣਦੀ ਹੋਊਗਾ ਅਮਲ 'ਚ ਲਿਆਉਂਦੀ ਜਾਊਗੀ।